ਕੱਲ ਜੋ ਕੁਝ ਆਮ ਆਦਮੀ ਪਾਰਟੀ ਚ ਦਿੱਲੀ ਚ ਹੋਇਆ ਉਹ ਬਹੁਤ ਮੰਨ ਭਾਗੀ ਸੀ ਉਹਦੇ ਕਾਕੇ ਜਿਹੜੇ ਆਪ ਦੇ ਸਮਰਥਕ ਆ ਉਹਨਾਂ ਚ ਕਾਫੀ ਨਿਰਾਸ਼ਾ ਵਾ ਪਰ ਜੋ ਮੀਡੀਆ ਕਹਿ ਰਿਹਾ ਵਾ ਉਹ ਸਹੀ ਨਹੀਂ ਮੇਰੇ ਖਿਆਲ ਮੀਡੀਆ ਨੂੰ ਇਹ ਪੂਰੀ ਗੱਲ ਦੀ ਚੰਗੀ ਤਰ੍ਹਾਂ ਸਮਝ ਆਈ ਨਹੀਂ ਜੋ ਮੀਡੀਆ ਇਹਦਾ ਪੱਖ ਪੇਸ਼ ਕਰ ਰਿਹਾ ਵਾ ਉਹ ਸ਼ਾਇਦ ਸਹੀ ਪੱਖ ਨਹੀਂ ਕੁਝ ਮੀਡੀਆ ਦੇ ਵਿੱਚ ਤੇ ਵੀ ਕਿਹਾ ਗਿਆ ਕਿ ਆਪ ਜਿਹੜੀ ਆ ਦੋ ਹਿੱਸਿਆਂ ਚ ਬਿਲਕੁਲ ਪਾਟ ਗਈ ਆ ਮੇਰਾ ਖਿਆਲ ਹੈ ਜੇ ਤਿੰਨ ਚਾਰ ਮਸਲੇ ਆਪਾਂ ਦੇਖੀਏ ਤੇ ਇਹ ਗੱਲ ਸਹੀ ਨਹੀਂ ਲੱਗਦੀ ਇਕ ਤੇ ਕਿ ਜੇ ਇਲੈਕਟੋਰਲੀ ਵੇਖੀਏ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਐਮ ਐਲ ਏ ਐਮ ਪੀ ਉਹ ਹੱਲੀ ਵੀ ਜ਼ਿਆਦਾ ਜਿਹੜੇ ਆ ਇਨਫੈਕਟ ਤਰੀਕ ਵੀ ਸਾਰੇ ਹੀ ਇੱਕ ਐਮ ਪੀ ਨੂੰ ਛੱਡ ਕੇ ਉਹ ਸਾਰੇ ਅਰਵਿੰਦ ਕੇਜਰੀਵਾਲ ਦੇ ਨਾਲ ਨੇ ਦੂਸਰਾ ਜੇ ਆਪਾਂ ਦੇਖੀਏ ਕਿ ਓਵਰਆਲ ਪਾਰਟੀ ਦੀ ਜਿਹੜੀ ਸਟਰੈਂਥ ਹੈ ਜਿਹੜੀ ਨੈਸ਼ਨਲ ਕੌਂਸਲ ਦੇ ਜਿਹੜੇ ਮੈਂਬਰ ਸੀਗੇ ਉਹਦੇ ਚੋਂ ਵੀ ਮੇਰੇ ਖਿਆਲ ਜ਼ਿਆਦਾ ਆਂਕ੍ਰੀਬ ਅੱਧੇ ਤੋਂ ਜ਼ਿਆਦਾ ਕਿਤੇ ਦੇ ਤੋਂ ਜ਼ਿਆਦਾ ਜਿਹੜੇ ਆ ਉਹ ਵੀ ਅਰਵਿੰਦ ਕੇਜਰੀਵਾਲ ਨੇ ਔਰ ਜਿਹੜੀ ਇਹ ਦੋਵਾਂ ਨੂੰ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਪੂਸ਼ ਨੂੰ ਜਿਹੜੀ سپورਟ ਮਿਲ ਰਹੀ ਆ ਇਹ ਉਹ ਜਿਹੜਾ ਰਾਜਾਂ ਤੋਂ ਆ ਯੂਪੀ ਬਿਹਾਰੀਆਂ ਹਰਿਆਣਾ ਜਿੱਥੇ ਪਾਰਟੀ ਹਾਲੀਆ ਆਪਣੇ ਆਪ ਨੂੰ ਐਸਟੈਬਲਿਸ਼ ਕਰ ਹੀ ਨਹੀਂ ਸਕੀ ਸੋ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਵਾ ਇਹ ਬਹੁਤ ਧਿਆਨ ਚ ਰੱਖਣ ਵਾਲੀ ਗੱਲ ਹੈ ਜਦੋਂ ਇਸ ਸਾਰੀ ਚੀਜ਼ ਨੂੰ ਦੇਖਿਆ ਜਾਂਦਾ ਵਾ ਇਹ ਕ ਵੀ ਕਿਹਾ ਗਿਆ ਕਿ ਜਿਹੜੇ ਪਾਰਟੀ ਦਾ ਇੰਟਰਨਲ ਲੋਕਪਾਲ ਨਹੀਂ ਐਡਮਿਰਲ ਰਾਮਦਾਸ ਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਕਿਉਂ ਨਹੀਂ ਸੱਦਿਆ ਗਿਆ ਮੇਰੇ ਖਿਆਲ ਇਹ ਜਿਹੜਾ ਲੋਕੀ ਇਸ ਤਰ੍ਹਾਂ ਕਹਿ ਰਹੇ ਆ ਉਹਨਾਂ ਨੂੰ ਪਤਾ ਨਹੀਂ ਪਈ ਇਹ ਜਿਹੜਾ ਲੋਕਪਾਲ ਇੰਸਟੀਚੂਨ ਹੁੰਦਾ ਹੈ ਕੀ ਹੁੰਦਾ ਓਮਬਰਸਮੈਨ ਜਾਂ ਲੋਕਪਾਲ ਜਿਹੜਾ ਇੰਸਟੀਚਿਊਸ਼ਨ ਹੈ ਉਹ ਉਸ ਇੰਸਟੀਚਿਊਸ਼ਨ ਦਾ ਹਿੱਸਾ ਇਸ ਤਰੀਕੇ ਨਾਲ ਨਹੀਂ ਹੁੰਦਾ ਜੇ ਕੋਈ ਖਬਰ ਦਾ ਲੋਕਪਾਲ ਹੀ ਓਮਬਰਸਮੈਨ ਹੁੰਦਾ ਤੇ ਉਹ ਖਬਰ ਨਹੀਂ ਚਲਾਉਂਦਾ ਖਬਰ ਐਡੀਟਰੀ ਚਲਾਉਂਦਾ ਇਹ ਜਿਹੜੀ ਮੀਟਿੰਗ ਹੁੰਦੀ ਹੈ ਉਹ ਵੀ ਲੋਕਪਾਲ ਨੇ ਆ ਕੇ ਮੀਟਿੰਗ ਕੰਡਕਟ ਨਹੀਂ ਕਰਨੀ ਮੀਟਿੰਗ ਜਿਹੜੀ ਆ ਉਹਦੀ ਜਿਹੜੀ ਪ੍ਰਧਾਨਗੀ ਜਿਹੜਾ ਕਰ ਰਿਹਾ ਉਹ ਹੀ ਮੀਟਿੰਗ ਕੰਡਕਟ ਕਰਦਾ ਵਾ ਬਾਅਦ ਦੇ ਵਿੱਚ ਲੋਕਪਾਲ ਦਾ ਰੋਲ ਜਿਹੜਾ ਵਾ ਉਹ ਆਉਂਦਾ ਵਾ ਜਦੋਂ ਉਹਦੇ ਕੋਲ ਸ਼ਿਕਾਇਤਾਂ ਆਉਂਦੀਆਂ ਵਾ ਹੁਣ ਇਸ ਜਿਹੜਾ ਇੰਟਰਨਲ ਪਾਰਟੀ ਦਾ ਆਪ ਦਾ ਲੋਕਪਾਲ ਆ ਉਹਦੇ ਕੋਲ ਸ਼ਿਕਾਇਤਾਂ ਇਸ ਮਸਲੇ ਦੂਸਰਾ মিডিਆ ਮੇਰੇ ਖਿਆਲ ਜਿਵੇਂ ਟੀਵੀ ਦੇ ਉੱਤੇ ਡਿਬੇਟਸ ਆਰੀਆਂ ਸੀਗੀਆਂ ਉਹ ਵੀ ਸਹੀ ਪੱਖ ਜਿਹੜਾ ਸੀਗਾ ਇੰਜ ਲੱਗਦਾ ਸੀ ਵੀ ਨਹੀਂ ਪੇਸ਼ ਹੋ ਰਿਆ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਦੇ ਵਿੱਚ ਯੋਗਿੰਦਰ ਯਾਦਵ ਔਰ ਪ੍ਰਸ਼ਾਂਤ ਪੂਸ਼ ਨੂੰ ਬਰਾਬਰ ਦਾ ਟਾਈਮ ਦਿੱਤਾ ਜਾ ਰਿਹਾ ਸੀ ਪਿਛਲੇ ਹਫਤੇ ਤੋਂ ਟੀਵੀ ਚੈਨਲਸ ਤੇ ਇਹ ਚੱਲ ਰਿਹਾ ਸੀਗਾ ਮੇਰਾ ਖਿਆਲ ਜਿਹੜੇ ਐਂਕਰ ਆ ਨੋ ਇਟ ਆਲ ਐਂਕਰਸ ਜਿਹੜੇ ਆ ਚੀਕ-ਚੀਕ ਕੇ ਜਿਹੜੇ ਦੱਸਦੇ ਆ ਉਹ ਇਸ ਪੂਰੀ ਗੱਲ ਨੂੰ ਪੂਰੀ ਪ੍ਰੋਪਰਲੀ ਗੰਭੀਰਤਾ ਨਾਲ ਸਮਝ ਨਹੀਂ ਰਹੇ ਇਹਨੂੰ ਪ੍ਰੋਪਰ ਪਰਸਪੈਕਟਿਵ ਦੇ ਵਿੱਚ ਸਹੀ ਪੱਖ ਦੇ ਵਿੱਚ ਇਹਨੂੰ ਪੇਸ਼ ਨਹੀਂ ਕਰ ਰਿਹਾ ਪਰ ਮੇਰੇ ਖਿਆਲ ਆਮ ਆਦਮੀ ਪਾਰਟੀ ਨੂੰ ਮੀਡੀਆ ਨੇ ਕਦੀ ਸਮਝਾਇੀ ਨਹੀਂ ਮੀਡੀਆ ਦਾ ਕਿਹੜਾ ਆਧਾਰਾ ਸੀਗਾ ਜਿਨੇ ਇਹ ਕਿਹਾ ਸੀਗਾ ਕਿ ਦਿੱਲੀ ਦੇ ਵਿੱਚ 70 ਚੋਂ 67 ਸੀਟਾਂ ਜਾਈਆਂ ਉੱਥੇ ਤੇ ਬਰਾਬਰ ਦਾ ਮੁਕਾਬਲਾ ਦੱਸੇ ਜਾ ਰਿਹਾ ਸੀ ਜਾਂ ਪੰਜਾਬ ਦੇ ਵਿੱਚ ਪਿਛਲੇ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਚਾਰ ਸੀਟਾਂ ਜਿੱਤੂ ਸੋ ਇਸ ਕਰਕੇ ਮੇਰੇ ਖਿਆਲ ਇਹ ਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਕੋਈ ਵੀ ਨਹੀਂ ਦਿਖਾ ਰਿਹਾ ਜੇ ਨਹੀਂ ਦਿਖਾਉਣਗੇ ਤੇ ਲੋਕਾਂ ਤੱਕ ਵੀ ਇਹ ਗੱਲ ਸਹੀ ਤਰੀਕੇ ਨਾਲ ਨਹੀਂ ਪਹੁੰਚੂਗੀ ਮੈਂ ਇਹ ਨਹੀਂ ਕਹਿ ਰਿਹਾ ਜੋ ਹੋਇਆ ਉਹ ਸਹੀ ਸੀ ਬਿਲਕੁਲ ਗਲਤ ਸੀ ਉਹਨਾਂ ਲੋਕਾਂ ਨੂੰ ਨਿਰਾਸ਼ਾ ਹੋਈ पर इगलन क्लियर क्योंकि क्योंकि दा है, है।, है। और, क्योंकि विचार तारा ਦੇ ਵਿੱਚ ਇਹਨਾਂ ਦੀ ਸੋਚ ਦੇ ਵਿੱਚ ਇੱਕ ਪਰਸਨੈਲਿਟੀ ਕਲਾਸ਼ ਸੀ ਇਹ ਦੋਵੇਂ ਜਿਹੜੇ ਆ ਉਬਾਰਿਆ ਇੱਕ ਤਰੀਕੇ ਨਾਲ ਹੁਣ ਮਾਰਜਨਲਾਈਜ਼ ਹੋ ਗਏ ਆ ਪ੍ਰਸ਼ਾਂਤ ਪੂਸ਼ਨ ਤੇ ਯੁਗਿੰਦਰ ਯਾਦਵ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਉਹਨਾਂ ਦਾ ਸਾਰਾ ਹੀ ਗਰੁੱਪ ਜਿਹੜਾ ਕਿਉਂਕਿ ਉਹਨਾਂ ਦੇ ਨਾਲ ਐਮਐਲਏ ਆ ਬਹੁਤੇ ਐਮਪੀ ਵੀ ਆ ਸੋ ਇਸ ਕਰਕੇ ਉਹ ਬਿਲਕੁਲ ਤਾਕਤਵਾਰ ਇਸ ਚੋਂ ਹੋ ਕੇ ਨਿਕਲੇ ਆ ਔਰ ਕਿਉਂਕਿ ਯੁਗਿੰਦਰ ਯਾਦਵ ਔਰ ਪ੍ਰਸ਼ਾਂਤ ਪੂਸ਼ਨ ਬਹੁਤ ਸੁਜਵਾਨ ਸੱਜਣ ਨੇ ਬਹੁਤ ਇੰਟੈਲੀਜੈਂਟ ਨੇ ਔਰ ਲੋਕਾਂ ਦੇ ਵਿੱਚ ਉਹਨਾਂ ਤੋਂ ਵੀ ਕਾਫੀ ਆਸ਼ਾਵਾ ਨੇ ਸੋ ਮੇਰੇ ਖਿਆਲ ਉਹਨਾਂ ਨੂੰ ਹੁਣ ਦੁਬਾਰਾ ਕਿਉਂਕਿ ਮਾਰਜੀਨਲਾਈਜ਼ ਹੋ ਗਿਆ ਇਟ ਇਟ ਦੁਬਾਰਾ ਰੱਖਣੀ ਪਊਗੀ ਆਪਣੇ ਸਿਆਸੀ ਕੈਰੀਅਰ ਦੀ ਔਰ ਫੇਰੀ ਕਾਮਯਾਬੀ ਵਾਲੋਨਾਂ ਨੂੰ ਤੁਰਨਾ ਪਊ